ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੇ ਵਿਆਹ ਕਰਵਾ ਲਿਆ ਹੈ। ਜੀ ਹਾਂ, ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਨੇ। ਨਾਲ ਹੀ ਅਨੰਤ ਅੰਬਾਨੀ ਦੇ ਵਿਆਹ 'ਚ ਜਿਹੜੇ ਕਈ ਮਸ਼ਹੂਰ ਚਿਹਰੇ ਨੇ ਉਹ ਨਜ਼ਰ ਆਏ, ਇਸ ਦੇ ਨਾਲ ਹੀ ਪੂਰੇ ਬੱਚਨ ਪਰਿਵਾਰ ਨੇ ਵੀ ਵਿਆਹ 'ਚ ਸ਼ਿਰਕਤ ਕੀਤੀ। ਪਰ ਨੂੰਹ ਐਸ਼ਵਰਿਆ ਰਾਏ ਅਤੇ ਪੋਤੀ ਅਰਾਧਿਆ ਬੱਚਨ ਉਹਨਾਂ ਨਾਲ ਨਜ਼ਰ ਨਹੀਂ ਆਈਆਂ। ਇਸ ਕਾਰਨ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਵਿਚਾਲੇ ਦਰਾਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਅਮਿਤਾਭ ਬੱਚਨ, ਜਯਾ ਬੱਚਨ ਆਪਣੀ ਬੇਟੀ ਸ਼ਵੇਤਾ ਬੱਚਨ ਜਵਾਈ ਅਤੇ ਨਾਲ ਬੇਟੇ ਅਭਿਸ਼ੇਕ ਬੱਚਨ ਨਾਲ ਅਤੇ ਨਵਿਆਂ ਅਤੇ ਅਗਸਤਿਆਂ ਨਾਲ ਪਹੁੰਚੇ। ਦੱਸ ਦਈਏ ਫੈਨਸ ਨੂੰ ਇਹਨਾਂ ਸਾਰਿਆਂ ਦੀ ਲੁੱਕ ਜਿਹੜੀ ਹੈ ਕਾਫੀ ਜ਼ਿਆਦਾ ਪਸੰਦ ਵੀ ਆਈ, ਪਰ ਇਸ ਸਮੇਂ ਹਰ ਕਿਸੇ ਦੀਆਂ ਨਜ਼ਰਾਂ ਐਸ਼ਵਰਿਆ ਰਾਏ ਅਤੇ ਅਰਾਧਿਆ ਨੂੰ ਲੱਭਦੀਆਂ ਨਜ਼ਰ ਆਈਆਂ, ਜੋ ਇਸ ਵਿਆਹ 'ਚ ਆਪਣੇ ਪਰਿਵਾਰ ਨਾਲ ਨਜ਼ਰ ਨਹੀਂ ਆਈਆਂ। ਦੱਸ ਦਈਏ ਕਿ ਅਨੰਤ ਅਤੇ ਰਾਧਿਕਾ ਦੇ ਵਿਆਹ 'ਚ ਐਸ਼ਵਰਿਆ ਰਾਏ ਬੱਚਨ ਪਰਿਵਾਰ ਨਾਲ ਨਹੀਂ ਸਗੋਂ ਆਪਣੀ ਬੇਟੀ ਅਰਾਧਿਆ ਨਾਲ ਪਹੁੰਚੀ ਸੀ। ਅਦਾਕਾਰਾ ਨੇ ਲਾਲ ਅਤੇ ਸੁਨਹਿਰੀ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਬੇਟੀ ਅਰਾਧਿਆ ਬੱਚਨ ਦਾ ਲੁੱਕ ਵੀ ਜਿਹੜਾ ਸੀ ਉਹ ਕਾਫੀ ਜ਼ਿਆਦਾ ਸ਼ਾਨਦਾਰ ਸੀ। ਅਜਿਹੇ 'ਚ ਜਿਵੇਂ ਹੀ ਐਸ਼ਵਰਿਆ ਅੰਬਾਨੀ ਦੇ ਵਿਆਹ 'ਚ ਐਂਟਰੀ ਹੋਈ ਤਾਂ ਉਸਦੇ ਸਾਹਮਣੇ ਲੋਕਾਂ ਦੀ ਕਤਾਰ ਲੱਗੀ। ਜਿਵੇਂ ਹੀ ਰੇਖਾ ਨੇ ਐਸ਼ਵਰਿਆ ਨੂੰ ਦੇਖਿਆ, ਉਸਨੂੰ ਜੱਫੀ ਪਾਈ ਅਤੇ ਕੁਝ ਗੱਲਾਂ ਕਹੀਆਂ, ਅਤੇ ਰੇਖਾ ਅਤੇ ਐਸ਼ਵਰਿਆ ਦਾ ਇਹ ਜਿਹੜਾ ਇੰਟਰਨੈਟ 'ਤੇ ਕਾਫੀ ਜ਼ਿਆਦਾ ਜਿਹੜਾ ਹੈ ਪਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਬੱਚਨ ਪਰਿਵਾਰ ਨਾਲ ਵਿਆਹ 'ਚ ਸ਼ਾਮਿਲ ਨਾ ਹੋਣ ਤੋਂ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀਆਂ ਖਬਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ 'ਚ ਹੈ। ਫਿਲਹਾਲ ਕੋਈ ਨਹੀਂ ਜਾਣਦਾ ਕਿ ਐਸ਼ਵਰਿਆ ਅਭਿਸ਼ੇਕ ਨਾਲ ਵਿਆਹ 'ਚ ਕਿਉਂ ਸ਼ਾਮਿਲ ਨਹੀਂ ਹੋਈ। ਦੱਸ ਦਈਏ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀ ਇੱਕ ਮਸ਼ਹੂਰ ਜੋੜੀ ਹੈ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਸ਼ਖਸੀਅਤ ਅਤੇ ਪ੍ਰੋਫੈਸ਼ਨਲ ਸਫਲਤਾਵਾਂ ਨਾਲ ਲੋਕਾਂ ਦੇ ਦਿਲ ਵਿੱਚ ਇੱਕ ਖਾਸ ਜਗ੍ਹਾ ਜਿਹੜੀ ਹੈ ਬਣਾਈ ਹੈ। ਹਾਲਾਂਕਿ ਉਹਨਾਂ ਦੀ ਜ਼ਿੰਦਗੀ ਵਧੀਆ ਦਿਖਾਈ ਦਿੰਦੀ ਹੈ, ਕਈ ਵਾਰ ਉਹਨਾਂ ਦੇ ਮਾਮਲੇ ਵਿਵਾਦਾਂ 'ਚ ਵੀ ਆਉਂਦੇ ਨੇ, ਪਰ ਹਾਲ ਹੀ ਵਿੱਚ ਇੱਕ ਘਟਨਾ ਚਰਚਾ ਵਿੱਚ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਅਭਿਸ਼ੇਕ ਅਤੇ ਐਸ਼ਵਰਿਆ ਦੇ ਵਿਚਕਾਰ ਝਗੜਾ ਹੋਇਆ ਹੈ। ਇਹ ਘਟਨਾ ਇੱਕ ਸਮਾਜਿਕ ਸਮਾਰੋਹ ਦੌਰਾਨ ਹੋਈ, ਜਿੱਥੇ ਉਹਨਾਂ ਨੂੰ ਇਕੱਠੇ ਦੇਖਿਆ ਗਿਆ ਸੀ। ਝਗੜੇ ਦਾ ਕਾਰਨ ਸਪਸ਼ਟ ਨਹੀਂ ਹੈ, ਪਰ ਮੰਨਿਆ ਜਾਂਦਾ ਹੈ ਕਿ ਇਹ ਕਿਸੇ ਨਿੱਜੀ ਗੱਲ 'ਤੇ ਹੋਇਆ ਹੈ। ਸਮਾਰੋਹ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਝਗੜੇ ਦੌਰਾਨ ਦੋਵਾਂ ਦੇ ਵਿਚਕਾਰ ਤਕਰਾਰ ਦੇਖੀ ਗਈ ਅਤੇ ਉਹਨਾਂ ਦੇ ਚਿਹਰਿਆਂ 'ਤੇ ਜਿਹੜੀ ਨਾਰਾਜ਼ਗੀ ਵੀ ਜਿਹੜੀ ਜ਼ਾਹਿਰ ਹੋਈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਪ੍ਰਤੀਕਿਰਿਆਵਾਂ ਆਈਆਂ। ਬੱਚਨ ਪਰਿਵਾਰ ਨੇ ਅਜੇ ਤੱਕ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ, ਪਰ ਅਭਿਸ਼ੇਕ ਅਤੇ ਐਸ਼ਵਰਿਆ ਦੇ ਫੈਨਸ ਉਮੀਦ ਕਰਦੇ ਨੇ ਕਿ ਇਹ ਸਿਰਫ ਇੱਕ ਛੋਟਾ ਮੋਟਾ ਅਨਬਨ ਹੋਵੇ ਅਤੇ ਉਹ ਜਲਦੀ ਹੀ ਸਾਰੇ ਮਸਲਿਆਂ ਨੂੰ ਸੁਲਝਾ ਲੈਣ, ਅਤੇ ਨਾਲ ਹੀ ਦੋਵੇਂ ਸਿਤਾਰੇ ਆਪਣੇ ਅਭਿਨੇ ਤੋਂ ਇਲਾਵਾ ਨਿੱਜੀ ਜੀਵਨ ਤੋਂ ਪਰਿਵਾਰਿਕ ਸੰਬੰਧਾਂ ਲਈ ਵੀ ਜਾਣੇ ਜਾਂਦੇ ਨੇ। ਅਭਿਸ਼ੇਕ ਅਤੇ ਐਸ਼ਵਰਿਆ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਜੋੜੀਆਂ ਵਿੱਚੋਂ ਇੱਕ ਹੈ ਅਤੇ ਉਹਨਾਂ ਦੇ ਫੈਨਸ ਹਮੇਸ਼ਾ ਉਹਨਾਂ ਦੇ ਸੁਖੀ ਜੀਵਨ ਦੀ ਕਾਮਨਾ ਕਰਦੇ ਨੇ।